ਜਿਵੇਂ ਜਿਹੜੀਆਂ ਬਿਮਾਰੀਆਂ ਆ ਰਹੀਆਂ ਹਨ, ਇਹਨਾਂ ਬਿਮਾਰੀਆਂ ਦੇ ਵਾਸਤੇ ਪ੍ਰਾਰਥਨਾ ਰੱਖੂੰਗਾ ਤਾਂ ਜਿਹੜੇ ਵੀ ਵਿਸ਼ਵਾਸ ਕਰਨਗੇ, ਜਿਹੜੇ ਭਰੋਸਾ ਕਰਨਗੇ ਅਤੇ ਉਹਨਾਂ ਦੇ ਬਚਾਏ ਜਾਣਗੇ। ਅਤੇ ਮੈਂ ਸਰਕਾਰ ਦੀ ਮਦਦ ਦੇ ਵਿੱਚ, ਜਿਹੜੇ ਸਰਕਾਰ ਨੇ ਕਰਫਿਊ ਵਾਸਤੇ ਅਤੇ ਸਭ ਨੂੰ ਆਖਿਆ ਗਿਆ ਅਤੇ ਉਹਦੇ ਹੁਕਮਾਂ ਦੀ ਪਾਲਣਾ ਕਰੇ, ਤਾਂ ਪਰਮੇਸ਼ੁਰ ਯਹੋਵਾ ਜੋ ਪ੍ਰਭੂ ਯਿਸੂ ਮਸੀਹ ਜੋ ਉਹਦੇ ਅੱਜ ਬਾਈਬਲ ਦੇ ਹੁਕਮਾਂ 'ਚ ਪੂਰੇ ਹੋ ਰਹੇ ਹਨ, ਤਾਂ ਪਰਮੇਸ਼ੁਰ ਦੇ ਜਿਹੜੇ ਚਿੰਨ੍ਹ ਪੂਰੇ ਹੋ ਰਹੇ ਹਨ, ਜਿਹੜੇ ਵਾਇਰਸ ਦੀ ਬਿਮਾਰੀ ਜੋ ਅੱਜ ਖੂਨ ਦੇ ਵਿੱਚ ਜੇ ਇਨਫੈਕਸ਼ਨ ਜੋ ਟਾਈਫਾਇਡ ਅਤੇ ਜੋ ਗਲੇ ਦੀਆਂ ਬਿਮਾਰੀਆਂ ਜੋ ਹੋਰ ਵੀ ਕਾਫੀ ਇਨਫੈਕਸ਼ਨ ਜਿਹੜੇ ਅਲੱਗ ਅਲੱਗ ਫੈਲੇ ਹੋਏ ਹਨ, ਅਤੇ ਸਾਰੀਆਂ ਬਿਮਾਰੀਆਂ ਜੋ ਪ੍ਰਭੂ ਦੇ ਬਾਈਬਲ ਦੇ ਵਿੱਚ ਲਿਖਿਆ ਹੋਇਆ, ਇਹ ਉਪਦੇਸ਼ ਹੈ ਪਰਮੇਸ਼ੁਰ ਦਾ। ਇਹ ਪਰਮੇਸ਼ੁਰ ਦੇ ਆਉਣ ਦੇ ਸਮਾਂ ਜੋ ਆਪਾਂ ਪਾਪ ਕਰਦੇ ਹਾਂ, ਇਹ ਪਾਪਾਂ ਦੀ ਸਜ਼ਾ ਹੈ, ਤਾਂ ਆਪਾਂ ਪਰਮੇਸ਼ੁਰ ਦੇ ਮੂਹਰੇ ਪ੍ਰਾਰਥਨਾ ਰੱਖੀਏ, ਪਰਮੇਸ਼ੁਰ ਦੇ ਕੋਲੋਂ ਪ੍ਰਾਰਥਨਾ ਪਾਪਾਂ ਤੋਂ ਸ਼ਮਾ ਮੰਗੀਏ ਤਾਂ ਸਾਰੇ ਬਚਾਏ ਜਾਣ। ਮੈਂ ਸਭ ਦੇ ਲਈ ਪ੍ਰਾਰਥਨਾ ਕਰੂੰਗਾ, ਅਮਰੀਕਾ, ਇਟਲੀ, ਸਾਰੇ ਮੁਲਕਾਂ ਦੇ ਲਈ, ਆਪਣੇ ਹਿੰਦੁਸਤਾਨ ਦੇ ਲਈ, ਤਾਂ ਸਭ ਦੇ ਲਈ ਇਹ ਪ੍ਰਾਰਥਨਾ ਹੈ, ਜੋ ਆਪਣੀ ਸਰਕਾਰਾਂ, ਜੋ ਨਰਿੰਦਰ ਮੋਦੀ, ਸਭ ਦੇ ਲਈ ਪ੍ਰਾਰਥਨਾ ਹੈ, ਜੋ ਹੁਕਮ ਦੱਸੇ ਗਏ ਹਨ ਕਲਫੂ ਦੇ ਵਾਸਤੇ, ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਨ ਅਤੇ ਆਪਾਂ ਵਾਇਰਸ ਨੂੰ ਬਾਹਰ ਕਰੀਏ। ਜਿਹੜੀਆਂ ਬਿਮਾਰੀਆਂ ਆਈਆਂ ਹਨ ਅਤੇ ਆਪਾਂ ਨੂੰ ਜਿਨ੍ਹਾਂ ਨੂੰ ਪਤਾ ਹੈ ਕਿ ਮਸੀਹਾਂ ਨੂੰ ਕੀ, ਸਭ ਦੇ ਲਈ ਹੈ ਇਹ, ਮਸੀਹਾਂ ਦੇ ਲਈ ਇਕੱਲਿਆਂ ਦੀ ਨਹੀਂ, ਸਭ ਦੇ ਲਈ ਪ੍ਰਾਰਥਨਾ ਹੈ। ਜੋ ਵੀ ਇਸ ਪ੍ਰਾਰਥਨਾ ਨੂੰ ਸੁਣਨਗੇ ਉਹ ਸਾਰੇ ਬਚਾਏ ਜਾਣਗੇ। ਸਾਰਿਆਂ ਦੇ ਲਈ ਇਹ ਪ੍ਰਾਰਥਨਾ ਮੈਂ ਵਾਅਦਾ ਕਰਦਾ, ਮੈਂ ਗਰੰਟੀ ਕਰਦਾ ਹਾਂ, ਜੋ ਤੁਸੀਂ ਇਸ ਪ੍ਰਾਰਥਨਾ ਨੂੰ ਸੁਣੋਗੇ ਅਤੇ ਵਾਇਰਸ ਨੂੰ ਭਜਾ ਦਿਆਂਗੇ, ਬਿਮਾਰੀਆਂ ਨੂੰ ਭਜਾ ਦਿਆਂ, ਇਨਫੈਕਸ਼ਨ ਨੂੰ ਭਜਾ ਦਿਆਂਗੇ, ਸੰਕਟ ਨੂੰ ਭਜਾ ਦਿਆਂਗੇ, ਇਹ ਪਰਮੇਸ਼ੁਰ ਦੇ ਹੁਕਮ ਦੇ ਨਾਲ ਪ੍ਰਾਰਥਨਾ ਕਰ ਰਿਹਾ, ਇਹ ਪ੍ਰਭੂ ਦੇ ਪਵਿੱਤਰ ਆਤਮਾ ਦੇ ਨਾਲ ਪ੍ਰਾਰਥਨਾ ਕਰ ਰਿਹਾ। ਜਿਹੜੇ ਵੀ ਬੱਚੇ ਪ੍ਰਾਰਥਨਾ ਸੁਣਨਗੇ ਤਾਂ ਪਰਮੇਸ਼ੁਰ ਦਾ ਹੁਕਮ ਹੈ, ਪ੍ਰਭੂ ਦਾ ਹੁਕਮ ਹੈ, ਤੁਸੀਂ ਪਾਪ ਨਾ ਕਰੋ, ਜੋ ਪਾਪ ਕੀਤੇ ਹੋਏ ਹਨ ਤਾਂ ਇਹ ਪਾਪ ਦੀ ਸਜ਼ਾ ਹੈ, ਜਿਹੜੇ ਪਰਮੇਸ਼ੁਰ ਪਿਤਾ ਜੀ ਨੇ ਉਪਦੇਸ਼ ਕੀਤੇ। ਦੇਖੋ ਪਰਮੇਸ਼ੁਰ ਪਿਤਾ ਜੀ ਦੱਸ ਰਿਹਾ, ਜਾਗਦੇ ਰਹੋ, ਜਾਗਦੇ ਰਹੋ, ਹੰਦ ਸੋ ਵਚਨ ਦੇ ਵਿੱਚ। ਆਮੀਨ, ਹਾਲੇਲੂਯਾ। 21 ਅਧਿਆਏ ਲੂਕਾ, 20 ਅਧਿਆਏ 41, 21 ਅਧਿਆਏ 15, 21 ਅਧਿਆਏ 34, ਜਾਗਤੇ ਰਹੋ ਪ੍ਰਿਥਵੀ ਕੇ ਸਭ ਰਹਿਣੇ ਵਾਲੋ, ਪਰ ਸੰਕਟ ਪ੍ਰਾਰਥਨਾ ਕਰੋ। ਮਤੀ 24 ਅਧਿਆਏ 36, 44 ਅਧਿਆਏ ਮਰਕੁਸ, 13 ਅਧਿਆਏ 32, 37 ਪੇਜ ਨੰਬਰ 34। ਮਤੀ 21 ਅਧਿਆਏ 18, ਵਿਸ਼ਵਾਸ ਰੱਖੋ ਅੰਜੀਰ ਕਾ ਪੇੜ, ਮਰਕੁਸ ਯਾਦਸ਼ਾ ਪੇਜ ਨੰਬਰ 4 ਅਧਿਆਏ 16, 41 ਅਧਿਆਏ 7। ਇਹਦੇ ਵਿੱਚ ਪ੍ਰਭੂ ਜੀ ਕੀ ਕਹਿੰਦੇ ਹਨ, ਕਹਿੰਦਾ ਤੂੰ ਫਿਕਰ ਨਾ ਕਰ, ਹਿੰਮਤ ਰੱਖ, ਮੈਂ ਤੇਰੇ ਨਾਲ। ਦੱਸੋ ਦੇਖੋ ਅੱਗੇ ਬੋਲਣਾ ਕੀ ਬੋਲਿਆ। 41 ਅਧਿਆਏ 10, ਮਤ ਡਰੋ ਕਿਉਂਕਿ ਮੈਂ ਤੇਰੇ ਸੰਗ ਹੂੰ। ਮਤ ਡਰੋ, ਮੈਂ ਤੇਰੇ ਸੰਗ ਹੂੰ, ਚਿੰਤਾ ਨਾ ਕਰੋ। ਪਰਮੇਸ਼ੁਰ ਕੀ ਕਹਿੰਦਾ ਹੈ, ਮਤ ਡਰੋ, ਮੈਂ ਤੇਰੇ ਸੰਗ ਹੂੰ। ਪ੍ਰਾਰਥਨਾ ਕਰੋ, ਭਰੋਸਾ ਰੱਖੋ ਪਰਮੇਸ਼ੁਰ ਦੇ ਉੱਤੇ, ਵਿਸ਼ਵਾਸ ਰੱਖੋ ਪਰਮੇਸ਼ੁਰ ਦੇ ਲਈ, ਪ੍ਰਾਰਥਨਾ ਰੱਖੋ। ਮੈਂ ਵਾਅਦਾ ਕਰਦਾ ਹਾਂ, ਗਰੰਟੀ ਕਰਦਾ ਹਾਂ, 2 ਮਹੀਨਿਆਂ ਦੇ ਵਿੱਚ ਜਿਹੜੇ ਵੀ ਕੰਮ ਨੇ, ਇਹ ਬਿਮਾਰੀ ਤਾਂ ਹੋਣੀ, ਇਹ ਦਿਨਾਂ ਦੇ ਵਿੱਚ ਹੀ ਸੰਕਟ ਜਿਹੜੀਆਂ ਬਿਮਾਰੀਆਂ ਆਈਆਂ ਚੱਲੀਆਂ ਜਾਣੀਆਂ, ਇਹ ਪਰਮੇਸ਼ੁਰ ਦੀ ਪ੍ਰਾਰਥਨਾ ਦੇ ਨਾਲ ਜਾਣੀਆਂ। ਇਹ ਬਿਮਾਰੀ ਕਦੋਂ ਆਈ, ਇਹ ਪਰਮੇਸ਼ੁਰ ਨੇ ਮੂਸਾ ਨੂੰ ਵੀ ਦੱਸਿਆ ਸੀ, ਮੂਸਾ ਨੂੰ ਵੀ ਕਿਹਾ ਗਿਆ ਸੀ। ਦੇਖੋ ਮਿਸਰ ਦੇ ਵਿੱਚ ਪਰਮੇਸ਼ੁਰ ਨੇ ਕਿੱਡੇ ਵੱਡੇ ਕੰਮ ਕੀਤੇ ਸੀ, ਤਾਂ ਮੂਸਾ ਨੂੰ ਦੱਸਿਆ ਸੀ ਵੀ ਮੈਂ ਮਹਾਂਵਾਰੀ ਅਤੇ ਜਿਹੜੀਆਂ ਬਿਮਾਰੀਆਂ ਮੈਂ ਛੱਡੂੰਗਾ, ਤਾਂ ਉਹਨਾਂ ਦੇ ਜਮਾਨ ਮੌਤਾਂ ਹੋਣੀਆਂ, ਤਾਂ ਮੈਂ ਉਹਨਾਂ ਦੇ ਨੁਕਸਾਨ ਕਰੂੰਗਾ ਜਿਹੜੇ ਮੇਥੋਂ ਦੂਰ ਹਨ, ਜਿਹੜੇ ਪਾਪ ਕਰ ਰਹੇ ਹਨ, ਜਿਹੜੇ ਪਰਮੇਸ਼ੁਰ ਦੇ ਹੁਕਮ ਤੋਂ ਬਾਹਰ ਹਨ। ਤਾਂ ਵੇਖੋ ਮੂਸਾ ਨੂੰ ਦੱਸਿਆ ਗਿਆ ਸੀ ਪੁਰਾਣੇ ਨਿਯਮ ਦੇ ਵਿੱਚ ਵੀ। ਤਾਂ ਬੱਚਿਓ, ਮੈਂ ਤੁਹਾਨੂੰ ਸਾਰੀ ਸੰਗਤ ਨੂੰ, ਸਭ ਨੂੰ ਦੱਸਦਾ ਹਾਂ, ਇਹ ਬਿਮਾਰੀ ਤੋਂ ਤੁਸੀਂ ਬਚਣਾ ਚਾਹੁੰਦੇ ਹੋ ਤਾਂ ਪਰਮੇਸ਼ੁਰ ਦੇ ਲਈ ਪ੍ਰਾਰਥਨਾ ਕਰੋ ਅਤੇ ਵਿਸ਼ਵਾਸ ਰੱਖੋ। ਡਰੋ ਨਹੀਂ, ਡਰੋ ਨਾ, ਡਰੋਂਗੇ ਨਹੀਂ। ਪਰਮੇਸ਼ੁਰ ਨੇ, ਪਿਤਾ ਜੀ ਨੇ ਵਾਰ ਵਾਰ ਕਿਹਾ, ਕਹਿੰਦਾ ਚਿੰਤਾ ਨਾ ਕਰੋ, ਮੈਂ ਤੁਹਾਡੇ ਨਾਲ ਹਾਂ। ਤਾਂ ਪਰਮੇਸ਼ੁਰ ਦੇ ਆਉਣ ਦੇ ਚਿੰਨ੍ਹ ਜਿਵੇਂ ਪ੍ਰਭੂ ਯਿਸੂ ਮਸੀਹ ਨੇ ਦੱਸੇ ਸੀ, ਜਾਗਦੇ ਰਹੋ, ਹਿੰਮਤ ਰੱਖੋ, ਪ੍ਰਾਰਥਨਾ ਕਰੋ, ਚੌਕਸ ਰਹੋ, ਪਰਮੇਸ਼ੁਰ 'ਤੇ ਭਰੋਸਾ ਕਰੋ, ਵਿਸ਼ਵਾਸ ਕਰੋ, ਫਿਰ ਅੱਗੇ ਵਧੋਗੇ। ਜਿਸ ਤਰ੍ਹਾਂ ਪਰਮੇਸ਼ੁਰ ਦੇ ਅੰਜੀਰ ਦੇ ਪੇੜ ਦੀ ਗੱਲ ਕਰ ਰਹੇ ਹਾਂ, ਜਿਸ ਤਰ੍ਹਾਂ ਚੇਲਿਆਂ ਦੇ ਨਾਲ ਸੀ, ਪ੍ਰਭੂ ਜੀ ਨੂੰ ਭੁੱਖ ਲੱਗੀ ਸੀ, ਅੰਜੀਰ ਦੇ ਪੇੜ ਕੋਲ ਗਏ ਸੀ, ਤਾਂ ਉਹ ਵੇਖੋ ਪ੍ਰਭੂ ਜੀ ਨੇ ਦੇਖਿਆ ਉਹਦੇ ਵਿੱਚ, ਉਹਨੂੰ ਪ੍ਰਭੂ ਜੀ ਨੂੰ ਕੁਛ ਨਹੀਂ ਮਿਲਿਆ, ਤਾਂ ਪੱਤੇ ਹਰੇ ਸੀ, ਉਹਦੇ ਕੋਲ ਦੇਣ ਨੂੰ ਕੁਛ ਨਹੀਂ ਸੀ, ਤਾਂ ਪ੍ਰਭੂ ਜੀ ਨੇ ਕਿਹਾ ਇਹਦੇ ਕੋਈ ਫਲ ਅੱਗੇ ਵਾਸਤੇ ਕੋਈ ਨਹੀਂ ਖਾ ਸਕਦਾ, ਤਾਂ ਉਹ ਸੁੱਕ ਗਿਆ ਸੀ। ਤਾਂ ਪ੍ਰਭੂ ਦੇ ਚੇਲਿਆਂ ਨੇ ਕੀ ਪੁੱਛਿਆ ਸੀ, ਪ੍ਰਭੂ ਤੋਂ ਪੁੱਛਿਆ ਸੀ ਵੀ ਪ੍ਰਭੂ ਇਹ ਤੇਰਾ ਸ਼ਰਾਪ ਸੀ। ਪ੍ਰਭੂ ਨੇ ਕਿਹਾ ਵਿਸ਼ਵਾਸ ਰੱਖੋ, ਵਿਸ਼ਵਾਸ ਰੱਖੋ, ਵਿਸ਼ਵਾਸ ਸਭ ਤੋਂ ਵੱਡਾ ਹੈ। ਤਾਂ ਪਰਮਾਤਮਾ, ਪਰਮੇਸ਼ੁਰ ਦੇ ਉੱਤੇ ਵਿਸ਼ਵਾਸ ਕਰਨਾ,
ਕਹਿੰਦਾ ਵਿਸ਼ਵਾਸ ਰੱਖਣਾ ਬਹੁਤ ਜ਼ਰੂਰੀ ਹੈ, ਵਿਸ਼ਵਾਸ ਰੱਖੋਗੇ ਤਾਂ ਤੁਸੀਂ ਵਿਸ਼ਵਾਸ ਦੇ ਨਾਲ ਬਚਾਏ ਜਾਓਗੇ, ਵਿਸ਼ਵਾਸ ਦੇ ਨਾਲ ਅੱਗੇ ਵਧਾਏ ਜਾਓਗੇ। ਜਿਸ ਤਰ੍ਹਾਂ ਬ੍ਰਿਕਸ਼ ਸੁੱਕ ਗਿਆ, ਜੋ ਵਿਸ਼ਵਾਸ ਨਹੀਂ ਤਾਂ ਬਿਮਾਰੀ ਆਈ ਤਾਂ ਇਨਸਾਨ ਮਰ ਗਿਆ ਨਾ, ਸੰਕਟ ਆਈ ਸੰਕਟ ਵਿੱਚ ਚਲਿਆ ਗਿਆ। ਇਹ ਪਰਮੇਸ਼ੁਰ ਦੇ ਬੜੇ ਵੱਡੇ ਉਦੇਸ਼ ਹਨ। ਇਹ ਪਿਤਾ ਜੀ ਨੇ ਸਾਨੂੰ ਅੱਜ ਹੀ ਹੁਕਮ ਕੀਤਾ, ਕਹਿੰਦਾ ਤੂੰ ਸਭ ਦੇ ਲਈ ਪ੍ਰਾਰਥਨਾ ਕਰ। ਇਹ ਜਿਹੜੀ ਭਵਿੱਖਬਾਣੀ ਹੈ ਅਸੀਂ ਪਹਿਲਾਂ ਵੀ ਸਾਲ ਦੋ ਸਾਲ ਪਹਿਲਾਂ ਵੀ ਕਰ ਚੁੱਕੇ ਸੀ, ਇਹਦੇ ਬਾਰੇ ਦੱਸਿਆ ਸੀ ਸਾਰੀ ਸੰਗਤ ਨੂੰ। ਇਸ ਲਈ ਦੱਸਿਆ ਬੜੇ ਵੱਡੇ ਸੰਕਟ ਹੋਣਗੇ, ਪਰਮੇਸ਼ੁਰ ਦਾ ਸਮਾਂ ਨੇੜੇ ਹੋਊਗਾ ਤਾਂ ਬੜੇ ਬੜੇ ਪਾਪ ਹੋਣਗੇ, ਬੜੇ ਸੰਕਟ ਹੋਣਗੇ, ਬਚਾਏ ਨਹੀਂ ਜਾਣਗੇ। ਡਾਕਟਰ ਵੈਦ ਕੋਈ ਵੀ ਇਹਨੂੰ ਬਚਾ ਨਹੀਂ ਸਕੂਗਾ, ਇਹ ਅਸੀਂ ਪਹਿਲੇ ਵੀ ਭਵਿੱਖਬਾਣੀ ਕਰ ਚੁੱਕੇ ਹਾਂ। ਤਾਂ ਪਰਮੇਸ਼ੁਰ ਦਾ ਉਪਦੇਸ਼ ਕੀ ਹੈ? ਪਰਮੇਸ਼ੁਰ ਪਿਤਾ ਜੀ ਕਹਿੰਦੇ ਨੇ ਮੇਰੀ ਪ੍ਰਾਰਥਨਾ ਕਰ, ਪ੍ਰਾਰਥਨਾ ਕਰ, ਉਹਦੇ ਲਈ ਪਰਮੇਸ਼ੁਰ ਤੋਂ ਵਿਸ਼ਵਾਸ ਕਰ, ਪਾਪ ਕਰਨਾ ਬੰਦ ਕਰ। ਪਰਮੇਸ਼ੁਰ ਵਾਰ ਵਾਰ ਸਮਝਾਉਂਦੇ ਹਨ, ਮੈਂ ਵਾਅਦਾ ਕਰਦਾ ਹਾਂ ਜੋ ਡਾਕਟਰ ਜੋ ਵੀ ਬਚਣ ਵਾਸਤੇ ਜੋ ਪਰਮੇਸ਼ੁਰ ਦੇ ਦੇਖੋ ਹੱਥ ਧੋ ਰਹੇ ਹਨ, ਤਾਂ ਇਹਦੇ ਮੈਂ ਵਾਅਦਾ ਕਰਕੇ ਮੈਂ ਹੱਥ ਆਸ਼ੀਸ਼ ਕਰਕੇ ਕਹਿਣਾ, ਇਹ ਹੱਥਾਂ ਦੀਆਂ ਕਿਰਨਾਂ, ਇਹ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਣਾ, ਪਵਿੱਤਰ ਆਤਮਾ ਦੀ ਜੋ ਵੀ ਇਸ ਦੇ ਕੋਲੇ ਕਰਕੇ ਸਾਹਮਣੇ ਕਰਕੇ ਹੱਥਾਂ ਦੇ ਵੀਡੀਓ ਦੇ ਨੇੜੇ ਕਰਨਗੇ, ਉਹ ਨਾਲ ਦੀ ਨਾਲ ਪਵਿੱਤਰ ਹੋ ਕੇ ਉਹ ਕਾਰਿਆ ਕਰੂ, ਉਹਦੇ ਉੱਤੇ ਚਮਤਕਾਰ ਹੋਣਗੇ, ਉਹ ਬਚਾਏ ਜਾਣਗੇ। ਚਾਹੇ ਕੋਈ ਬਿਮਾਰੀ ਵਾਇਰਸ ਦੀ ਬਿਮਾਰੀ ਹੈ, ਚਾਹੇ ਡਬਲਯੂ ਫਲੂ ਬਿਮਾਰੀ ਹੈ, ਜੋ ਵੀ ਬਿਮਾਰੀਆਂ ਹੈ, ਮੈਂ ਵਾਅਦਾ ਕਰਦਾ ਇਹ ਪਰਮੇਸ਼ੁਰ ਦੇ ਪਵਿੱਤਰ ਆਤਮਾ ਦੇ ਦੁਆਰਾ ਮੈਂ ਤੁਹਾਡੇ ਵੱਲ ਇਹ ਆਸ਼ੀਰਵਾਦ ਹੱਥ ਕਰਕੇ ਆਸ਼ੀਰਵਾਦ ਕਰਦਾ ਅਤੇ ਪ੍ਰਾਰਥਨਾ ਕਰਦਾ। ਇਹ ਪ੍ਰਾਰਥਨਾ ਨੂੰ ਪਰਮੇਸ਼ੁਰ ਪਿਤਾ ਜੀ ਮਨਜ਼ੂਰ ਕਰਦੇ ਹਨ, ਪਵਿੱਤਰ ਆਤਮਾ ਦੇ ਦੁਆਰਾ ਪ੍ਰਾਰਥਨਾ ਹੈ। ਇਹ ਪ੍ਰਾਰਥਨਾ ਦੀ ਤੁਸੀਂ ਸੁਣੋਗੇ, ਕੋਈ ਵੀ ਸੁਣ ਸਕਦਾ, ਇਹ ਨਹੀਂ ਮਸੀਹ ਇਕੱਲੇ ਸੁਣ, ਜੋ ਮਰਜ਼ੀ ਜੋ ਵੀ ਪ੍ਰਾਰਥਨਾ ਨੂੰ ਸੁਣੂਗਾ ਉਹ ਨਾਲ ਦੀ ਨਾਲ ਚੰਗਾ ਹੋਣਾ ਸ਼ੁਰੂ ਹੋ ਜੂਗਾ। ਕੋਈ ਵੀ ਫੈਕਸ਼ਨ ਹੈ, ਦੇਖੋ ਪ੍ਰਭੂ ਦੇ ਉਪਦੇਸ਼ ਹਨ, ਇਹ ਵਚਨਾਂ 'ਚ ਲਿਖਿਆ, ਬਾਈਬਲ 'ਚ ਲਿਖਿਆ ਵੀ ਕੋਈ ਵੀ ਫੈਕਸ਼ਨ ਹੈ, ਟੇਚਨ ਅਤੇ ਦਿੱਕਤਾਂ ਮੁਸੀਬਤਾਂ ਸੰਕਟ ਹੋਣਗੇ ਤਾਂ ਪਰਮੇਸ਼ੁਰ ਦੇ ਬਹੁਤ ਵੱਡੇ ਵੱਡੇ ਕੰਮ ਹੋਣਗੇ, ਜਿਹੜੇ ਵਿਸ਼ਵਾਸ ਦੇ ਉੱਤੇ ਪਰਮੇਸ਼ੁਰ ਦੇ ਲਈ ਪ੍ਰਾਰਥਨਾ ਕਰਨਗੇ ਉਹਦੀ ਪ੍ਰਾਰਥਨਾ ਨੂੰ ਸੁਣਨਗੇ, ਜਿਹੜੇ ਪ੍ਰਾਰਥਨਾ ਨਹੀਂ ਕਰਨ ਜਾਣਦੇ ਪ੍ਰਾਰਥਨਾ ਨੂੰ ਸੁਣਨ। ਮੈਂ ਵਾਅਦਾ ਕਰਦਾ ਚਾਹੇ ਇਟਲੀ 'ਤੇ ਹੈ, ਚਾਹੇ ਕੋਈ ਵੀ ਮੁਲਕ ਅਮਰੀਕਾ ਹੈ, ਆਪਣਾ ਹਿੰਦੁਸਤਾਨ ਹੈ, ਸਾਰੇ ਮੁਲਕਾਂ ਦੇ ਲਈ ਮੈਂ ਪ੍ਰਾਰਥਨਾ ਕਰਦਾ ਹਾਂ, ਪਰਮੇਸ਼ੁਰ ਪਿਤਾ ਜੀ ਸਭ ਦੇ ਉੱਤੇ ਦਇਆ ਕਰੇ। ਤਾਂ ਮੈਂ ਵਾਇਰਸ ਨੂੰ ਮੈਂ ਹੁਕਮ ਕਰਦਾ, ਇਸੇ ਘੜੀ ਵਾਇਰਸ ਨਿਕਲ ਜਾ, ਚਲੀ ਜਾ, ਇਸੇ ਘੜੀ ਚਲੀ ਜਾ, ਵਾਪਸ ਮੁੜ ਜਾ। ਮੈਂ ਪਰਮੇਸ਼ੁਰ ਯਹੋਵਾ ਦੇ ਨਾਮ ਦੇ ਵਿੱਚ ਅਤੇ ਮੈਂ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਹੁਕਮ ਕਰਦਾ, ਜੋ ਵੀ ਬਿਮਾਰੀ ਹੈ, ਚਾਹੇ ਸ਼ੂਗਰ ਦੀ ਹੈ, ਚਾਹੇ ਹਾਰਟ ਦੀ ਹੈ, ਚਾਹੇ ਕੈਂਸਰ ਦੀ ਹੈ, ਚਾਹੇ ਵਾਇਰਸ ਦੀ ਆ ਬਿਮਾਰੀ ਹੈ, ਤਾਂ ਚਾਹੇ ਜੋ ਵੀ ਬਿਮਾਰੀਆਂ ਹਨ, ਮੈਂ ਪ੍ਰਾਰਥਨਾ ਦੇ ਰਾਹੀਂ ਸਭ ਦੀਆਂ ਦੂਰ ਕਰਦਾ ਹਾਂ। ਚਾਹੇ ਕਿਸੇ ਵੀ ਮੁਲਕ 'ਚ ਹੈ ਅਤੇ ਜਿਹੜਾ ਵੀ ਪ੍ਰਾਰਥਨਾ ਸੁਣੂੰਗਾ ਅਤੇ ਉਹਦੀ ਬਿਮਾਰੀ ਚਲੀ ਜਾਊਗੀ, ਮੈਂ ਵਾਅਦਾ ਕਰਦਾ ਹਾਂ, ਮੈਂ ਗਰੰਟੀ ਕਰਦਾ ਹਾਂ। ਤੁਸੀਂ ਇਸ ਪ੍ਰਾਰਥਨਾ ਨੂੰ ਸੁਣ ਕੇ ਵੇਖੋ ਅਤੇ ਵਿਸ਼ਵਾਸ ਕਰਕੇ ਦੇਖੋ, ਭਰੋਸਾ ਕਰਕੇ ਵੇਖੋ, ਬਾਹਰ ਜਾਣ ਵਾਸਤੇ ਵੀ, ਘਰ ਵਿੱਚ ਤੰਦਰੁਸਤੀ ਦੇ ਲਈ, ਬਰਕਤ ਦੇ ਲਈ, ਅੱਗੇ ਵਧਣ ਦੇ ਲਈ, ਸਾਰੇ ਸਭ ਚੀਜ਼ ਦੇ ਲਈ ਇਹ ਪ੍ਰਾਰਥਨਾ ਕਰਦਾ ਹਾਂ। ਪਰਮੇਸ਼ੁਰ ਯਹੋਵਾ, ਪ੍ਰਭੂ ਯਿਸੂ ਮਸੀਹ, ਇਸੇ ਘੜੀ ਪਰਮੇਸ਼ੁਰ ਯਹੋਵਾ ਦੇ ਨਾਮ ਦੇ ਵਿੱਚ, ਪਵਿੱਤਰ ਆਤਮਾ ਦੇ ਨਾਮ ਦੇ ਵਿੱਚ, ਪਰਮੇਸ਼ੁਰ ਯਹੋਵਾ ਦੇ ਨਾਮ ਦੇ ਵਿੱਚ ਇਹ ਮੈਂ ਪ੍ਰਾਰਥਨਾ ਕਰਦਾ ਹਾਂ। ਇਹ ਪ੍ਰਾਰਥਨਾ ਦੇ ਨਾਲ ਤੁਸੀਂ ਚੰਗੇ ਹੋਵੋਗੇ, ਠੀਕ ਹੋਵੋਗੇ, ਦੁੱਖਾਂ ਦੇ ਪੀੜਾਂ ਤੋਂ ਬਚਾਏ ਜਾਓਗੇ, ਇਹ ਬਿਮਾਰੀਆਂ ਤੋਂ ਬਚਾਏ ਜਾਓਗੇ। ਮੈਂ ਗਰੰਟੀ ਦੇ ਨਾਲ ਆਖਦਾ, ਮੈਂ ਗਰੰਟੀ ਦੇ ਨਾਲ ਆਖਦਾ, ਇਹ ਬਿਮਾਰੀਆਂ ਤੁਹਾਡੇ ਨਹੀਂ ਰਹਿਣੀਆਂ। ਡਰੋ ਨਹੀਂ, ਪਰਮੇਸ਼ੁਰ ਤੁਹਾਡੇ ਨਾਲ ਹੈ, ਇਹ ਪਰਮੇਸ਼ੁਰ ਤੁਹਾਨੂੰ ਜਗਾਉਣ ਆਇਆ, ਤੁਹਾਨੂੰ ਉਠਾਉਣ ਆਇਆ, ਪਰਮੇਸ਼ੁਰ ਉਠਾਉਣ ਆਇਆ ਵੀ ਤੁਸੀਂ ਉੱਠੋ, ਜਾਗੋ, ਤੁਸੀਂ ਪ੍ਰਾਰਥਨਾ ਕਰੋ, ਮੈਨੂੰ ਯਾਦ ਕਰੋ ਵੀ ਮੇਰਾ ਸਮਾਂ ਨੇੜੇ ਹੈ। ਤਦ ਤੁਸੀਂ ਯਾਦ ਰੱਖੋ ਵੀ ਇਹ ਬਿਮਾਰੀਆਂ ਨੂੰ ਮੈਂ ਦੂਰ ਕਰਾਂ, ਤਾਂ ਪਰਮੇਸ਼ੁਰ ਤੁਹਾਨੂੰ ਕਿਵੇਂ ਆਵਾਜ਼ ਮਾਰਦਾ ਇਹ ਵਾਇਰਸ ਦੀ ਬਿਮਾਰੀ ਤੋਂ, ਵੀ ਇਹ ਬਿਮਾਰੀ ਤੁਹਾਡੇ ਕੋਲੋਂ ਚਲੀ ਜਾਏ, ਆਵਾਜ਼ ਮਾਰਦਾ ਮੈਂ ਪਰਮੇਸ਼ੁਰ ਹਾਂ, ਮੈਂ ਤੁਹਾਡਾ ਪ੍ਰਭੂ ਹਾਂ, ਤੂੰ ਮੇਰੇ 'ਤੇ ਭਰੋਸਾ ਕਰੋ, ਇਹ ਪ੍ਰਾਰਥਨਾ ਨੂੰ ਸੁਣੋ ਤਾਂ ਤੁਸੀਂ ਬਚਾਏ ਜਾਓਗੇ। ਮੈਂ ਗਰੰਟੀ ਕਰ ਰਿਹਾ, ਮੈਂ ਵਾਅਦਾ ਕਰਦਾ ਹਾਂ, ਜੋ ਵੀ ਇਹ ਪ੍ਰਾਰਥਨਾ ਨੂੰ ਸੁਣਨਗੇ, ਇਸ ਪ੍ਰਾਰਥਨਾ ਦੇ ਮੂਹਰੇ ਇਹ ਜੋ ਹੱਥ ਅਸੀਂ ਪ੍ਰਭੂ ਦੇ ਵੱਲੋਂ ਫੈਲਾ ਰਹੇ ਹਾਂ, ਅੱਗੇ ਕਰ ਰਹੇ ਹਾਂ, ਇਹ ਤੁਹਾਡੀ ਸ਼ਕਤੀ ਦੀਆਂ ਕਿਰਨਾਂ ਇਹ ਤੁਹਾਡੇ ਉੱਤੇ ਆਉਣੀਆਂ, ਇਹ ਤੁਹਾਨੂੰ ਬਚਾਉਣੀਆਂ। ਤੁਹਾਡੀ ਜੋ ਵੀ ਬਿਮਾਰੀ ਹੈ, ਜੋ ਵੀ ਦੁੱਖ ਤਕਲੀਫ ਹੈ, ਸੰਕਟ ਹੈ, ਉਹ ਤੁਹਾਡੇ ਚਲੇ ਜਾਣਗੇ। ਮੈਂ ਯਿਸੂ ਦੇ ਨਾਮ ਦੇ ਵਿੱਚ ਹੁਕਮ ਕਰਦਾ, ਪਰਮ ਪ੍ਰਧਾਨ ਪਰਮੇਸ਼ੁਰ ਯਹੋਵਾ ਦੇ ਨਾਮ ਦੇ ਵਿੱਚ ਹੁਕਮ ਕਰਦਾ, ਮੇਰੇ ਸਵਰਗ ਲੋਕ ਦੇ ਰਾਜਾ ਦੇ ਨਾਮ ਦੇ ਵਿੱਚ, ਇਹ ਵਾਇਰਸ ਦੀ ਬਿਮਾਰੀਆਂ ਤੋਂ ਲੈ ਕੇ ਵਾਇਰਸ ਦੀ ਬਿਮਾਰੀਆਂ, ਜੋ ਵੀ ਬਿਮਾਰੀਆਂ, ਅਣਗਿਣਤ ਬਿਮਾਰੀਆਂ ਦੀ ਪ੍ਰਾਰਥਨਾ ਹੈ, ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ, ਪਰਮੇਸ਼ੁਰ ਯਹੋਵਾ ਦੇ ਨਾਮ ਦੇ ਵਿੱਚ, ਇਹ ਬਿਮਾਰੀਓ ਚਲੀਆਂ ਜਾਓ, ਹੁਕਮ ਕਰਦਾ, ਜਾਓ, ਚਲੀਆਂ ਜਾਓ, ਨਿਕਲ ਜਾਓ, ਚਲੀਆਂ ਜਾਓ, ਇਹ ਪਰਮੇਸ਼ੁਰ ਯਹੋਵਾ ਦੇ ਹੁਕਮ ਦੇ ਨਾਲ ਅਤੇ ਯਿਸੂ ਮਸੀਹ ਦੇ ਹੁਕਮ ਦੇ ਨਾਲ, ਇਹ ਪਰਮੇਸ਼ੁਰ ਯਹੋਵਾ ਦੀ ਅਤੇ ਪ੍ਰਭੂ ਯਿਸੂ ਮਸੀਹ ਦੀ ਪ੍ਰਾਰਥਨਾ ਹੈ। ਖੁਦਾਵੰਦ ਦੇ ਨਾਮ ਦੇ ਵਿੱਚ ਸਭ ਨੂੰ ਆਮੇਨ, ਆਮੇਨ। ਧੰਨਵਾਦ ਖੁਦਾ ਦਾ, ਸਭ ਦੇ ਲਈ ਪ੍ਰਾਰਥਨਾ, ਸਾਰੇ ਵਿਸ਼ਵ ਦੇ ਲਈ ਪ੍ਰਾਰਥਨਾ।
सारे इस प्रार्थना सुन के चंगे हो जाएंगे। यीशु के नाम की प्रार्थना, परमेश्वर यहोवा के नाम की प्रार्थना, आमीन। हाले प्रभु, आमीन। हाले प्रभु, आमीन।